7 ਵਜੇ ਮੈਨੂੰ ਬੰਦੇ ਨੇ ਖੜਾਇਆ ਵਾ ਜਲੰਧਰ ਜਾਣਾ, 8 ਵੱਜ ਗਏ ਆ, 8:30 ਹੋ ਗਏ ਸੱਚ। ਆਹ ਪਿੱਛੇ ਵਾਲਾ ਤਾਂ ਇੰਨਾ ਕੁੱਤਾ ਬੰਦਾ ਨਾ, ਆਹ ਪਿੱਛੇ ਵਾਲਾ 6:45 ਉੱਠਿਆ ਵਾ, 3 ਵਜੇ ਉੱਠਦਾ ਵਾਲਾ ਮੈਂ, 5:09 ਮੈਂ ਤਾਂ ਫਿਰ 9:30-9:10 ਵਜੇ ਉੱਠਣ ਵਾਲਾ ਬੰਦਾ 6:45 ਦਾ ਉੱਠਿਆ ਵਾ। ਲੈ ਵੇ ਬਾਬੇ ਸਤਿ ਸ਼੍ਰੀ ਅਕਾਲ ਜੀ, ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ। ਅੱਜ ਜਿੰਦਰ ਸਿੰਘ ਕੰਨਾਂ ਚ ਮੈਲ ਕੱਢਣੇ ਆ, ਲੱਗਦਾ ਹੀ ਨਹੀਂ ਲੱਗਦਾ ਅੱਜ ਜਿੰਦਰ ਸਿੰਘ ਕੰਮ ਨਾਲ ਤੇ ਆਪਣਾ ਚੰਦ ਆ ਗਿਆ ਆਪਣੇ ਇੰਸਟਾਗ੍ਰਾਮ ਤੇ ਮੈਸੇਜ ਕੀਤਾ। ਘੁੰਮਣ ਫਿਰ ਆਪਣੇ ਭਰਾ ਨੇ ਮੈਸੇਜ ਕੀਤਾ ਇੰਸਟਾਗ੍ਰਾਮ ਤੇ, ਭਾਈ ਕਹਿੰਦਾ ਬਾਈ ਤੁਹਾਡੇ ਭਰਾ ਨੇ ਗੱਡੀ ਲਈ ਪਾਰਟੀਆਂ ਚੱਲੇ ਆ। ਬਿਲਕੁਲ ਬਿਲਕੁਲ ਬਿਲਕੁਲ, ਸਾਡੇ ਮੋਹਪੁਰ ਨੇ ਗੱਡੀ ਲਈ ਉਹਦੀ ਪਾਰਟੀ ਕਰਨ ਚੱਲੇ ਆ ਨਾਲੇ। ਮੈਂ ਕਿਹਾ ਮੌਸਮ ਵਧੀਆ, ਮੈਂ ਘੁੰਮ ਫਿਰ ਕੇ ਆਨੇ, ਚਿੱਲ ਕਰਕੇ ਆਨੇ ਆ। ਭੈਣ ਨੂੰ ਨਸ਼ਾ ਕਿਹੜਾ ਕੀਤਾ, ਮੈਂ ਕੋਹਾ ਬੋਲੀ ਜਾਂਦੇ। ਨਸ਼ਾ ਆਪਾਂ ਕਰਦੇ ਆ ਬਾਬੇ, ਇਹ ਨਸ਼ਾ ਆਪਾਂ ਚਾਹ ਦਾ ਕਰਦੇ ਆ ਜਾਂ ਆਪਾਂ ਕਰਦੇ ਆ ਨਾ ਨਾ, ਮੇਰਾ ਧਿਆਨ ਮੋਰੇ ਹੀ ਟੈਂਸ਼ਨ ਰੌਂਗ ਸਾਈਡ ਜਾਂਦੇ ਆ, ਰੋਡ ਬੰਦ ਕੀਤੇ ਸਾਡੇ ਸੋਨੂੰ ਬਸ ਟੈਂਸ਼ਨ ਹੀ ਨਹੀਂ ਆ, ਮੈਨੂੰ ਪਤਾ ਭਾਈ ਟੈਂਸ਼ਨ ਆ ਮੇਰੇ ਮੇਰੀ ਅੱਖਾਂ ਕਹਿੰਦਾ ਐ ਨਹੀਂ ਕਹਿੰਦਾ ਗੱਡੀ ਉਰੇ ਲੱਗ ਕੇ ਤਾਂ ਉਰੇ ਨੂੰ ਹੋ ਜਾ ਬੜਾ ਜਾ, ਮੇਰਾ ਮੇਰਾ ਧਿਆਨ ਮੋਰੇ ਹੀ ਆ ਮੋਰੇ ਯਾਰ, ਰੋਡ ਬੰਦ ਕੀਤੇ ਅੰਦਰ ਸਾਡਾ ਜਾਲ ਲਿਆ ਸਾਡਾ ਜਾਲ ਲਿਆ ਰੋਡ ਯਾਰ ਬੰਦ ਕੀਤੇ ਆ ਕੰਮ ਦੀ ਕਲਾਸ ਲੱਗਣ ਲੱਗੀ। ਉਹ ਪਿੰਦਾ ਬਾਈ ਪੁੱਲਾ ਸਿੱਟ ਕੇ ਗਿਆ ਨਿੱਕੇ ਦੁਕਾਨ ਮੋਰ ਸਾਹ ਨੂੰ ਪਾ ਜਾਊ ਪੁੱਲਾ ਚੱਕ ਲਿਆ ਸਾਹ ਨਾ ਫੜਿਆ ਰਾਤ ਤੇ ਚੰਦ ਬਾਈ ਨੇ ਪੁੱਲਾ ਸਿੱਟ ਕੇ ਪੱਠਿਆਂ ਦਾ ਕੋਈ ਚੱਕ ਕੇ ਲੈ ਗਿਆ ਲੋਕ ਅੱਕੇ ਹੋ ਫਸਲਾਂ ਖਰਾਬ ਕਰ ਗਏ ਸਾਰੇ ਗਲ ਗਏ ਤੁਹਾਨੂੰ ਫੋਟੋ ਵਿੱਚ ਪਾਉਂਗੇ ਜੀ ਸਹੀ ਨਾ 2 ਕਿਲੋ ਇੱਕ ਕੀੜੇ ਕੱਟੇ ਕਿਲੋ ਕੀੜੇ ਕੱਟੇ 1 ਕਿਲੋ ਪੂਰੇ ਸਾਨ ਫੜਿਆ ਪੁੰਨ ਦਾ ਕੰਮ ਕਰਨ ਲੱਗੇ ਬਾਈ ਹੁਣ ਕੀੜਿਆਂ ਦਾ ਯਾਰ ਗਲਿਆ ਵਾ ਇਹ ਤਾਂ ਮਾਰਦਾ ਏਦਾਂ ਮਸੀ ਫੜਿਆ 15-16 ਜਣਾ ਫੇਰ ਵੀ ਤੁਹਾਡਾ ਯਾਰ ਸਲੂਟ ਆ ਹਜ਼ਾਰ ਤੁਸੀਂ ਇੰਨਾ ਹੌਸਲਾ ਕੀਤਾ ਆ ਆ ਯਾਰ ਸਾਨ ਸਗਾ ਸਟੋਰ ਵਾਲੇ ਨੇ ਨਾ ਹੀ ਦਵਾਈ ਦੇ ਪੈਸੇ ਲਏ ਹਾਂ ਕੀੜੇ ਵੀਡੀਓ ਮੇਰਾ ਭਰਾ ਕੋਈ ਵੀ ਸੁਣਦਾ ਨਾ ਇਹ ਯਾਰ ਸੀਰੀਅਸ ਹੋ ਕੇ ਏਦਾਂ ਦਾ ਕੰਮ ਨਾ ਕਰਿਆ ਕਰੋ, ਗਾਹਾਂ ਵੀ ਸ਼ੇਅਰ ਕਰ ਦਿਓ। ਲੋਕੀ ਕਰਨ ਵੀ ਕਿਹਾ ਭਾਈ ਫਸਲਾਂ ਖਰਾਬ ਕਰਦੇ, ਪਰ ਡੰਡਾ ਡੁੰਡਾ ਬਿਲਕੁਲ ਡੰਡਾ ਡੁੰਡਾ ਮਾਰ ਦੋ, ਖਵਾੜੇ ਤੇ ਸੂਏ ਨਾ ਮਾਰੋ, ਡੰਡਾ ਡੁੰਡਾ ਮਾਰ ਦਿਆ ਕਰੋ ਸਾਨਾਂ ਤੇ ਗਾਈਆਂ ਯਾਰ ਬਿਲਕੁਲ ਬਿਲਕੁਲ ਯਾਰ ਆਹ ਕੰਮ ਨਾ ਡਰਦੇ
ਓਏ ਹੋਏ ਆਪਣੇ ਵੀ ਸੱਟਾਂ ਲਾਈਆਂ ਆਪਣਾ 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 ਬਚਾ ਰੱਖੀਦਾ ਹੁੰਦਾ ਬਾਬੇ ਆਪਣੇ ਸੱਟ ਦੋ ਰਾਨੀਆਂ ਦੀ ਭਰਾਵਾ ਨਿੱਕਾ ਕਹਿੰਦਾ ਦੁਕਾਨ ਮੋਲੇ ਛੱਡ ਜੀ ਮੈਂ ਪਾ ਦੂੰਗਾ ਬਾਅਦ ਚ ਵੱਧ ਜਾਣਾ 4 ਵਜੇ ਮੈਂ ਕਿੱਥੇ ਪੁੱਲੇ ਚੱਕ ਲੈ ਗਿਆ ਸਾਂ ਜਿਹੜਾ ਫੜਿਆ ਵਾ ਨਾ ਯਾਰ ਉਹਲੇ ਫੁੱਲਾ ਸਿੱਟਿਆ ਪੱਠਿਆਂ ਦਾ ਕੋਈ ਚੱਕ ਕੇ ਲੈ ਗਿਆ ਹੱਦੇ ਹੋਈ ਪਈ ਆ ਲੋਕਾਂ ਦੀ ਸਿਰੇ ਹੀ ਉਹ ਪੌਂਦਾ ਨੇ ਕਰ ਲੈਣ ਦੋ ਭਰਾਵੋ ਜੇ ਕਰਦੇ ਆ ਵਧੀਆ ਭੈਣ ਵੱਡੇ ਬੜਾਈ ਮਿਲ ਗਏ ਭੈਣ ਸਹੀ ਗੱਲ ਆ ਕੰਨਣਾ ਅੱਜ ਪਤਾ ਨਹੀਂ ਕੀ ਰੰਗੂ ਦੇਖਿਆ ਅੱਜ ਤਾਂ ਵੱਡੇ ਬੜਾਈ ਮਿਲ ਗਏ ਆ ਕੈਮਰੇ ਲੱਗਿਓ ਮੈਂ ਗੱਲ ਤੇਰੇ ਕਹਿੰਦਾ ਦੇਖੀ ਭੈਣ ਲੈ ਕੇ ਆਣਾ ਵਾ 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 ਕਢਾਓ ਕੈਮਰੇ ਕਿੰਨੇ ਪੱਠੇ ਚੱਕੇ ਆ ਹਾਂ ਯਾਰ ਇੱਕ ਦੇ ਜਾ ਦੋ ਪੁੱਲੇ ਚੱਕ ਕੇ ਲੈ ਕੇ ਜਾਣਾ ਕੋਈ 10 ਰੁਪਏ ਚੇਂਜ ਨਹੀਂ ਪਾਉਂਦਾ ਫੇਰ ਬਾਈ ਹੋਣੀ ਹੈ ਨਾ ਪੱਠਿਆਂ ਦੇ ਪੁੱਲੇ ਉੱਤੇ ਭਰੀ ਸਿੱਟ ਕੇ ਆ ਯਾਰ ਕੋਈ ਚੱਕ ਕੇ ਲੈ ਗਿਆ ਸਾਨਾਂ ਨੂੰ ਐ ਫੜਿਓ ਔਰ ਕੱਲ ਦੇ ਗਲੇ ਹੋਈ ਦਾ ਸਾਂ ਤੁਸੀਂ ਇਹਨੂੰ ਫੋਟੋ ਦਿਖਾਈ ਦਿੱਤੀ ਯਾਰ ਹੈ ਮੇਰਾ ਭਰਾ ਨਾਮ ਆ ਰਿਹਾ ਕਰੋ ਸ਼ੇਅਰ ਕਰ ਦਿਓ ਇਹ ਵੀਡੀਓ ਤੇ ਜਿਹੜੇ ਇਦਾਂ ਦਾ ਕੰਮ ਕਰਦੇ ਯਾਰ ਮਿੱਤਰਾ ਆ ਗਿਆ ਢਾਬੇ ਤੇ ਹੈ ਮੁੰਡੇ ਕਹਿੰਦੇ ਕਿਵੇਂ ਨਾਲ ਲਾ ਦੇ ਦੋਵੇਂ ਭੈਣਾਂ ਇਕੱਠੀਆਂ ਹੋ ਜੂਗੀਆਂ ਮਿਲ ਨਹੀਂ ਕਰ ਲੂਗੀਆਂ ਕਰਦਾਂ ਮਿਲ ਨਹੀਂ ਕਰਾਂਦੇ ਮਿਲ ਨਹੀਂ ਕਰਾਂਦੇ ਨਾ ਕੋਈ ਨਾ ਮੁੰਡੇ ਕਹਿੰਦੇ ਖਣੇ ਪਰੌਂਠੇ ਮੇਰੇ ਵੀਰੋ ਪਰੌਂਠੇ ਖਾਣੇ ਕਹਿੰਦੇ ਹੈ ਆਲੂ ਵਾਲੇ ਖਾਣੇ ਇੱਕ ਦੋ ਖਾਣੇ ਲੈ ਵੇ ਮਿੱਤਰਾ ਰਾਣੀਆਂ ਲਾਤੀਆਂ ਦੋਵੇਂ ਹੈ ਚੰਡੀਗੜ੍ਹ ਨੰਬਰ ਏਦਾਂ ਦੀ ਵੀ ਲਿਆਉਂਗੇ ਬਹੁਤ ਛੇਤੀ ਤੁਹਾਡੀ ਭਰਾਵਾਂ ਦੀ A1 ਢਾਬੇ ਤੇ ਖੜ ਗਏ ਮੇਰੇ ਵੀਰੋ A1 ਢਾਬੇ ਤੇ ਹੈ ਮੁੰਡੇ ਕਹਿੰਦੇ ਖਾਣੇ ਆ ਪਰੌਂਠੇ ਹੈ ਦੋਵੇਂ ਖੜੀਆਂ ਭੈਣਾਂ ਟਰਸਟ ਟੂ ਟੁਆਇਟ ਹੈ ਪਰੌਂਠੇ ਸਿਲੈਕਟ ਕਰਨ ਲੱਗੇ ਭਾਈ ਕਹਿੰਦਾ ਆਲੂ ਪਰੌਂਠਾ ਪਨੀਰ ਪਕੌੜਾ ਤੇ ਇਹ ਕਹਿੰਦਾ ਪਿਆਜ਼ ਵਾਲਾ ਪਰੌਂਠਾ ਹੈਗਾ ਭਰਾਵਾ ਪੱਦ ਨਹੀਂ ਮਾਰਨੇ ਖਾ ਕੇ ਪਰੌਂਠੇ ਸਿਲੈਕਟ ਹੁੰਦੇ ਆ ਆਲੂ ਤੇ ਪਿਆਜ਼ ਨਾਰਾਜ਼ ਹੋ ਗਿਆ ਚਲੇ ਗਿਆ ਨਾ ਜਲੂਸ ਕੱਢ ਇੱਥੇ ਬੰਦੇ ਬਹੁਤਾ ਭੁੱਖ ਹੀ ਜਾਂਦਾ ਚੁੱਪ ਹੋ ਜਾ ਚੁੱਪ ਹੋ ਜਾ 60 ਰੁਪਏ ਗੂਗਲ ਪੇ 60 ਰੁਪਏ ਹੈਗੇ ਪਹਿਲਾਂ ਕੰਨ ਅੰਦਰ ਕਰ ਲਾ ਆਪਣੇ ਕੰਨ ਨੈਲ ਕਰਾ ਲੈ ਕੰਨ ਚੁੱਪ ਆ ਮੰਮੇ ਨਾਲ ਲੱਸੀ ਹੁੰਦੀ ਕਿੰਨੇ ਬੰਦੇ ਬੈਠੇ ਆ ਤੇ ਆਲੇ ਦੁਆਲੇ ਕੈਮਰੇ ਨੇ ਘਬਰਾ ਦਿੰਦੀ ਯਾਰ ਤੂੰ ਮੈਨੂੰ ਕੈਮਰਾ ਲਾ ਤੂੰ ਇਹ ਗਰ ਵੀ ਉਹਦੀ ਬਾਹਰ ਆ ਕੇ ਜੀ ਕਹਿੰਦਾ ਕੈਮਰੇ ਨੂੰ ਘਬਰਾ ਦਿੰਦੀ ਸਾਡਾ ਭਾਈ ਮੈਨੂੰ ਹੀ ਦੇਖੀ ਜਾਂਦਾ ਮੇਰੇ ਵਰਗਾ ਫੋਟੋ ਦੇਖ ਕੇ ਕਹੀ ਜਾਂਦਾ ਆ ਕੇ ਜੀ ਆ ਮੈਂ ਤਾਂ ਮੋਰੇ ਲਿਖਿਆ ਬੰਦਾ ਉਹ ਪਾਸ ਤੂੰ ਮਕਰੋਨੀ ਲਿਖੀ ਉਹ ਪਾਸ ਆ ਯਾਰ ਪਾਸ ਤਾਂ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਦਾ ਇੰਨਾ ਬੇਖਰਾਦਾ ਮੇਰੇ ਤੋਂ ਆਪ ਨਹੀਂ ਚੰਗਾ ਲੱਗਦਾ ਪਾਸ ਤੇ ਕਰਕੇ ਤਾਂ ਮੈਂ ਮੇਰੇ ਹੱਥ ਖਾ ਕੇ ਦੇਖ ਕੇ ਜਾਂਦਾ ਮੈਂ ਇਹ ਤਾਂ ਤਮਾਕੂ ਹੀ ਇਹਦਾ ਤੇ ਮੈਂ ਬਈ ਪਰੌਂਠਾ ਆ ਗਿਆ ਹੈ ਇੱਥੇ ਅੱਧਾ ਖਾਉਂਗਾ ਨਾ 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 ਮੈਂ ਨਹੀਂ ਖਾਂਦਾ ਮੈਂ ਤਾਂ ਚਾਹ ਪੀਂਦਾ ਭਰਾ ਚਾਹ ਲੈ ਆਪਾਂ ਚਾਹ ਲੈ ਥੱਲੇ ਵਾਲਾ ਜੋਰ ਪਾਦਾ ਦੇਖਿਓ ਟਾਈਮ ਹੋਇਆ ਬਚ ਜਾ ਬਣੀ ਨੀ ਗੱਲ ਹਲੇ ਬਣ ਜਾਣੀ ਮੈਨੂੰ ਪਤਾ 2 ਮਿੰਟ ਜਾਂ ਬਣ ਲੈਂਦੇ ਸਾਡਾ ਸੋਨੂੰ ਇੱਧਰ ਲੱਭੀ ਜਾਂਦਾ ਉਹ ਬਸ ਬਸ ਦੇਖੀ 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 ਭਰਾਵਾ ਕਿਤੇ ਗਲਤ ਕੰਮ ਨਾ ਹੋ ਜਾਵੇ ਤੂੰ ਆ ਜਾ ਬਹੁਤ ਗਲਤ ਕੰਮ ਹੈ ਆ ਦੇਖੂ ਕੀ ਕਰਦਾ ਆ ਤੁਰਦਾ ਨਹੀਂ ਤੋਰਾ ਢਿੱਲੇ ਜਾ ਮੜ ਕੇ ਤੁਰਨਾ ਉਹ ਆ ਜਾ ਰਹਿਣ ਦੇ ਹੜ ਲੈ ਮਾਰਾ ਜਾ ਤੂੰ ਮਾਰ ਲੈ ਜੋਰ ਜਾਣਾ ਹੈ ਆ ਆ ਗਿਆ ਬੱਚੀ ਜਾ ਹਲ ਲੱਛਣ ਦੇਖੋ ਯਾਰ ਇਹ ਕੀ ਕਰਦਾ ਉਹ ਤੇਰਾ ਬਾਤ ਆ ਗਿਆ ਢਿੱਡ ਮਲੇ ਤੇ ਪਾਦਾ ਘਟੀ ਜ਼ਰੂਰ ਆਉਗੀ
ਸ਼ਰਮ ਕਰ ਲੈ ਮਾੜੀ ਮੋਟੀ, ਅੰਦਰ ਬੰਦੇ ਬੜੇ ਵਾ, ਦੇਖੋ ਕਿਆ ਜ਼ੋਰ ਮਾਰੀ ਜਾਂਦਾ ਭਾਈ ਖੜਾ ਇੱਥੇ। ਯਾਰ ਆਹ ਕਿੱਦਾਂ ਖੜੇ ਹੋ ਗਏ ਬੂਟੇ ਬਾਬੇ ਹੋ, ਐਡੇ ਬੂਟੇ ਆ, ਜੜਾਂ ਬਾਹਰ ਨਿਕਲੀਆਂ ਪਈਆਂ ਨੇ, ਕਿਆ ਸਿਸਟਮ ਆ ਇਹ? ਇੱਦਾਂ ਦੇ ਬੂਟੇ ਲਾਇਆ ਬੰਦਾ ਘਰ 'ਚ ਨਾ। ਸਹੀ ਗੱਲ ਆ, ਇਹ ਸਿਸਟਮ ਕਿਆ ਭਾਈ ਯਾਰ, ਇਹ ਖੜੇ ਕਿੱਦਾਂ ਯਾਰ, ਇਹ ਐਡੇ ਬੂਟੇ ਯਾਰ ਇਹ, ਹੈਂ ਕਮਾਲ ਹੈ। ਸਹੀ ਗੱਲ, ਕਿੰਨੇ ਸੋਹਣਾ, ਉਹ ਵੀ ਸੋਹਣੇ ਆ, ਕਿੰਨੇ ਸੋਹਣੇ ਬੂਟੇ ਯਾਰ ਭਾਈ, ਹੈ ਗ੍ਰੀਨਰੀ ਵਧੀਆ ਲੱਗਦੀ ਯਾਰ, ਮੈਨੂੰ ਤਾਂ ਪਹਿਲੇ ਦਿਨ ਤੋਂ ਗ੍ਰੀਨਰੀ ਬਹੁਤ ਘੈਂਟ ਲੱਗਦੀ ਯਾਰ ਇੱਦਾਂ ਦੀ, ਹੈਂ ਸਹੀ ਗੱਲ ਆ ਨਾ, ਕਿੰਨੀ ਯਾਰ ਫੀਲਿੰਗ ਜਿਹਾ ਆਉਂਦੀ ਹੈ ਗ੍ਰੀਨਰੀ 'ਚ, ਇੱਥੇ ਬੈਠੇ ਸਵੇਰ ਨੂੰ ਬੰਦਾ ਉੱਠ ਕੇ ਨਾ ਤੜਕਣੀ ਚਾਹ ਪੀਵੇ ਇੱਥੇ ਬੈਠ ਕੇ, ਭਈਆ ਗੋਰੀਆਂ ਲਾ ਕੇ, ਕਿਆ ਫੀਲਿੰਗ ਹੈ ਯਾਰ, ਹੈ ਪਤਾ ਨਹੀਂ ਕਦੋਂ ਵੱਡੇ ਬਣਾ ਲਿਆ ਕਿਆ ਆਹ ਬੂਟਾ। ਨਹੀਂ ਨਹੀਂ ਇਹ ਡਿੱਗਦਾ ਇੱਦਾਂ ਡਿੱਗਦਾ, ਜੜਾ ਥੱਲੇ ਹੋਣੀਆਂ ਇਹਨਾਂ ਦੀ ਕਾਫੀ ਕਈਆਂ ਹੋਣੀਆਂ ਜੜਾ। ਪਹਿਲਾਂ ਕਿਆ ਕਹਿੰਦਾ ਸੀਗਾ, ਪਹਿਲਾਂ ਕੁਛ ਕਹਿੰਦਾ ਸੀਗਾ ਤੇਰੇ, ਬਾਥਰੂਮ। ਸਹੀ ਗੱਲ, ਚੁੱਪੇ ਨੀ ਕਰਾ, ਦੇਖੋ ਕਿੰਨੀ ਖਰੀ ਲੱਗਦੀ ਰਾਣੀ ਹੈ, ਏਦਾਂ ਦੀ ਬਣਾਉਣੀ ਹੈ ਬੜੀ ਲਿਆਂਦੀ ਆ, ਸਿਰਾ ਮਾਹੌਲ ਹੈ, ਸਿਰਾ ਸਿਰਾ ਲੱਗਦੀ ਆਪਣੀ 96-45 ਕਿਹੜੇ ਘੈਂਟ ਲੱਗਦੀ ਆ। ਉਹ ਆ ਜਾ ਬੁੜੇ ਬੰਦੇ ਸਾਡੇ ਨਾਲ ਆ, ਧੋਲੇ ਧੋਲੇ ਬੋਏ, ਇਹਨਾਂ ਦੇ ਅਗਲ ਨੂੰ ਹੱਥ ਮਾਰ, ਉਹ ਦੇਖੀ ਮੋਰੇ ਗਾੜੀ ਆ ਰਹੀ ਯਾਰ ਬਾਈ ਆ, ਇਹਨੂੰ ਆਦਤ ਮਾੜੀ ਨੱਥੇ ਕਰਨ ਦੀ, ਹੋਰ ਕਿਆ ਵਾ, ਤੇਰੇ ਤੇ ਕਾਲੇ ਚ ਕੋਈ ਫਰਕ ਹੀ ਨੀ ਹੈਗੇ, ਤੁਸੀਂ ਸੋਹਣੇ ਦੇ ਦੋਏ ਮੁੰਡੇ ਹੀ ਨਾ, ਨਹੀਂ ਫਰਕ ਹੈ ਭਾਈ ਨਾ, ਤੇ ਖਾ ਪੀ ਕੇ ਤੁਰ ਪਏ, ਉੱਥੇ ਫੋਟੋਆਂ ਵਿੱਚੀਆਂ ਫੋਟੋਆਂ ਬੜੀਆਂ ਘੈਂਟ ਆਈਆਂ, ਉਹ ਇੰਸਟਾਗ੍ਰਾਮ ਤੇ ਪਾਉਂਗੇ ਫੋਟੋਆਂ ਬੜੀਆਂ ਘੈਂਟ ਉੱਥੇ ਆਈਆਂ, ਆਪਣੇ ਕੰਮ ਹੀ ਲਗੂਠੀ ਭਰਾ ਨੇ ਖਿੱਚੀਆਂ ਉੱਥੇ, ਹੈ ਤੇ ਬਾਕੀ ਆਪ ਮਿਲਦੇ ਨੇ, ਤੇਰੀ ਕਰਨੀ ਨਹੀਂ, ਤੇਰੀ ਕਰਨੀ ਨਹੀਂ ਸਾਫ ਕਰਨੀ ਨਹੀਂ, ਫੋਟੋ ਕੁਝ ਹੋਰ ਨਾ ਸਮਝੋ, ਫੋਟੋ ਕਹਿੰਦਾ ਸਾਫ ਕੀਤੀ ਨਹੀਂ, ਸਵਾਲ ਕੇ ਯਾਰ ਪੂਰਾ ਦੇਖਿਆ ਕਰੋ, ਗਲਤ ਪਾਸੇ ਮੌਸਮ ਘੈਂਟ ਲੱਗਦਾ ਜੇ ਆਪਾਂ ਪੀਜੀ ਵਾਲੇ ਕੋਲ ਚੇਤਾ, ਓਏ ਹੋਏ ਬਾਬੇ ਉਹ ਮੀਂਹ ਲਾ ਪਿਆ, ਨੰਦੇ ਆ ਗਿਆ ਪੂਰੀ ਚਿਲ ਬਾਬਿਓ।
ਤੈਨੂੰ ਪੜਾਣਾ ਬੀੜਾ ਸ਼ਿੰਗਾਰ ਸਵਾਦ ਆਈ ਜਾਂਦਾ ਯਾਰ ਸਵਾਦ ਮੀਂਹ ਨੇ ਨਜ਼ਾਰਾ ਲਿਆਤਾ ਪਹੁੰਚ ਗਏ ਮੇਰੇ ਵੀ ਜਲੰਧਰ ਬੱਸ ਸਟੈਂਡ ਤੇ ਪਹੁੰਚ ਗਏ ਸਿੱਧਾ ਹੀ ਜਾਣਾ ਸਿੱਧਾ ਹੀ ਟਪਾ ਦੀਆਂ ਭੁੰਡੀਆਂ ਭਾਂਡੀਆਂ ਕਿਸੇ ਗਰੀਬ ਮਾਰਨੀ ਕਰਨੀ ਕਦੇ ਵੀ ਯਾਰ ਹੈ ਕੋਈ ਗਰੀਬ ਏਦਾਂ ਜਾਂਦਾ ਹੋਵੇ ਕਿਸੇ ਕਦੇ ਕਿਸੇ ਨੂੰ ਭੇਣਾ ਨੀ ਹੈਗਾ ਬਿਲਕੁਲ ਹੌਲੀ ਕਰਕੇ ਲੰਘਣਾ ਯਾਰ ਭੇਣਾ ਨੀ ਹੈਗਾ ਕਿਸੇ ਗਰੀਬ ਨੂੰ ਮੈਂ ਕਿਹਾ ਗੱਡੀ ਹੌਲੀ ਕਰਕੇ ਸਵਾਦ ਆਈ ਜਾਂਦਾ ਮੀਂਹ ਇੰਨਾ ਪੈਣ ਨਜ਼ਾਰਾ ਆਉਂਦਾ ਨਾ ਘੁੰਮਣ ਦਾ ਨਜ਼ਾਰਾ ਆਉਂਦਾ ਨਜ਼ਾਰਾ ਆਈ ਜਾਂਦਾ ਖੁਸ਼ੀ ਚੜੀ ਜਾਂਦੀ ਕਿਉਂਕਿ ਮੀਂਹ ਪੈਂਦਾ ਪਟਾਕਾ ਪਈ ਜਾਂਦਾ ਮਹਾਰਾਜ ਤਾਜ਼ੀ ਮੋੜ ਲੈਣੇ ਕੋਈ ਮੋੜ ਲੈਣੇ ਮੋੜ ਲੈਣੇ ਮੋੜ ਲੈਣੇ ਮੀਂਹ ਨੇ ਯਾਰ ਤੁਸੀਂ ਕਹਿ ਰਹੇ ਛੇਲ ਮੋੜ ਬੱਤੀਆਂ ਹੋਈਆਂ ਮੇਰੇ ਵੀਰੋ ਬੱਤੀਆਂ 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 ਹੋਈਆਂ ਮੇਰੇ ਵੀਰੋ ਆਪਾਂ ਰੋਂਗ ਸਾਈਡ ਤੋਂ ਪਾ ਕੇ ਕੱਢਦਾ ਨੀ ਹੌਲੀ ਚਾਰੇ ਬੱਤੀਆਂ ਹੋਈਆਂ ਮੇਰੇ ਵੀਰੋ ਰੂਲਾਂ ਦਾ ਧਿਆਨ ਰੱਖਿਆ ਕਰੋ ਬੱਤੀਆਂ ਨਾ ਟਪਾਇਆ ਕਰੋ ਆਨਲਾਈਨ ਚਲਾਉਣਾ ਇਹਦਾ ਸਿੱਧਾ ਇਨਬੋਕਸ 'ਚ ਮੈਸੇਜ ਆਉਂਦਾ ਤੁਹਾਡਾ ਦੁਕਾਨ ਪਰ ਮੀਂਹ ਨੇ ਬਾਬੇ ਨਜ਼ਾਰਾ ਲਿਆ ਤਾ ਕੋਈ ਚੱਕਰ ਨੀ ਹੈ ਮੀਂਹ ਪਵੇ ਜਿੰਨਾ ਪੈਣਾ ਕੋਈ ਨੀ ਭਿੱਜ ਵੀ ਜਾਊਗਾ ਠੀਕ ਨੀ ਬਸ ਮੀਂਹ ਪਵੇ ਗੱਡੀ ਐਨ ਕੱਲ ਧੁਆਈ ਸੀ ਪੂਰੀ ਐਨ ਵਧੀਆ ਤਰ੍ਹਾਂ ਹੈ ਚੱਲ ਮੀਂਹ ਪੈ ਜਾਵੇ ਦੁਬਾਰਾ ਧੁਆ ਜਾਊਗੀ ਪਰ ਪਾਣੀ ਪਾਣੀ ਹੋ ਗਿਆ ਜਿੱਦਾਂ ਮਰਜ਼ੀ ਹੈ ਇੱਕ ਵਾਰ ਹੈ ਓਏ ਹੋਏ ਹੋਏ ਪਾਣੀ ਪਾਣੀ ਹੋ ਗਿਆ ਧੱਕ ਧੱਕ ਸੀ ਨਾ ਧੜਕੇ ਸਹੀ ਗੱਲ ਹਾਂ ਮੁੰਡੇ ਆਪਣੇ ਯਾਰ ਦੋਸਤ ਨੇ ਇੰਸਟਾਗ੍ਰਾਮ 'ਤੇ ਦੱਸਿਆ ਸੀ ਕਹਿੰਦੇ ਡਰਾਈ ਡੈਂਟ ਕੱਢਦਾ ਨਾ ਪੇਂਟ ਓਰੀਜਨਲ ਹੋਵੇ ਬਸ ਗੱਡੀ ਦਾ ਅਤੇ ਕਮਰ ਪਲੇਸ ਦੇ ਕੋਲ ਆ ਭਾਈ ਬੀ ਐੱਮ ਸੀ ਲੈਟਾਂ ਦੇ ਕੋਲ ਉੱਥੇ ਚੱਲਦੇ ਹਾਂ ਬੰਦੇ ਕੋਲ ਡੈਂਟ ਕਢਾਉਂਦੇ ਖਾਸ ਕਰਕੇ ਲੈਟਾਂ ਦਾ ਧਿਆਨ ਰੱਖਿਆ ਕਰੋ ਮੇਰਾ ਭਰਾ ਅੱਜ ਕੱਲ੍ਹ ਫੜ ਲਾ ਆਉਂਦੇ ਨੇ ਘੱਟ ਹੁੰਦਾ 2000 ਦਾ ਸਿੱਧਾ ਮੈਸੇਜ ਆਉਂਦਾ ਇਹ ਕਹਿੰਦੇ ਬੰਦੇ ਨਹੀਂ ਹਟਦੇ ਸਾਡੇ ਯਾਰ ਕਹਿੰਦੇ ਖੱਪ ਪਾਈ ਪਈ ਮੀਂਹ 'ਚ ਮਸਤੇ ਹੋ ਆ ਜਾ ਕਾਰ ਪਲਾਜ਼ਾ ਦੇਖੋ ਬਹੁਤ ਫੇਮਸ ਦੁਕਾਨ ਹੈ ਕਾਰ ਪਲਾਜ਼ਾ ਹੈ ਸਾਰੀਆਂ ਗੱਡੀਆਂ ਮੋਡੀਫਾਈਡ ਦਾ ਸਮਾਨ ਮਿਲਦਾ ਤੇ ਆਪਾਂ ਡੈਂਟ ਕਰਾਉਣਾ ਹੈ ਕਮਲ ਪਲੇਸ ਇਨਸਾਨ ਲੱਭਦਾ ਸਾਡੇ ਭਰਾ ਨੇ ਕਹਿੰਦੇ ਦੱਸਿਆ ਸੀ ਇੰਸਟਾਗ੍ਰਾਮ ਤੇ ਕਮਲ ਪਲੇਸ ਨੇ ਪਲੇਸ ਕਿਹਾ ਵਾ ਬਾਕੀ ਸ਼ਾਇਦ ਪੈਲਸ ਹੀ ਹੋਵੇ ਉਹ ਪੁੱਛਦੇ ਲੱਗ ਹੀ ਸਕੇ ਕਹਿੰਦੇ ਡੈਂਟ ਵਾਲਾ ਬੈਠਦਾ ਆ ਡੈਂਟ ਕੱਢਦਾ ਆ ਤੇ ਸਾਹਮਣੇ ਕਾਰ ਬਾਜ਼ਾਰ ਆ ਗਿਆ ਹੁਣ ਦੇਖਦਾ ਤਾਂ ਬਾਈ ਕਮਲ ਪਲੇਸ ਦੇ ਸਾਹਮਣੇ ਆ ਗਿਆ ਇੱਥੇ ਬੰਦਾ ਡੈਂਟ ਕੱਢਦਾ ਗੱਡੀਆਂ ਦੇਖਦੇ ਆ ਕਿਹੜਾ ਕੱਢਦਾ ਡੈਂਟ ਗੱਡੀ ਲਾਤੀ ਆ ਪਰ ਰਾਣੀਆਂ ਖੜੀਆਂ ਸਾਰੀਆਂ ਇੱਥੇ ਹੈ ਕਾਰ ਬਾਜ਼ਾਰ ਸਾਹਮਣੇ ਆ ਬੰਦਾ ਲੱਭ ਗਿਆ ਸਾਨੂੰ ਭਾਈ ਹੁਣ ਕਢਾਉਣੇ ਆ ਡੈਂਟ ਹੈ ਗੱਡੀ ਦਾ ਸਾਹਮਣੇ ਕਾਰ ਬਾਜ਼ਾਰ ਹੈ ਥਾਰਾਂ ਦੇਖੋ ਕਿੰਨੀਆਂ ਫੋਰਸਲ ਖੜੀਆਂ ਹੈ ਉਹ ਖੜੀ ਰਾਣੀ ਸੁੰਦਰ ਉੱਥੇ ਜਿੱਥੇ ਆਪਾਂ ਕੰਮ ਗਏ ਸੀ ਉੱਥੇ ਲੱਗ ਜਾਣੇ ਦੋ ਘੰਟੇ ਮੈਂ ਤੁਹਾਨੂੰ ਆਹ ਕੰਮ ਕਰਾ ਲਿਆ
ਇੱਕ ਆ ਚੁੱਪੇ ਨਹੀਂ ਕਰ ਸਾਡਾ ਬੰਦਾ, ਚੁੱਪੇ ਨਹੀਂ ਬਾਈ ਬਾਈ ਕੋਲ ਆ ਗਿਆ ਡੈਂਟ ਵਾਲੇ ਕੋਲ, ਬਾਈ ਕਹਿੰਦਾ ਨਿਕਲ ਤਾਂ ਜਾਊਗਾ ਥੋੜ੍ਹਾ ਫਰਕ ਰਹੂਗਾ ਭਾਈ ਜਿਹੜਾ ਡੈਂਟ ਕੱਢਦਾ, ਅਤੇ ਆਪਣੇ ਦੋ ਤਿੰਨ ਡੈਂਟ ਆ ਨਿੱਕੇ ਨਿੱਕੇ, ਕਾ ਆ ਮਾੜ ਜਿਹਾ ਹੈਂ, ਇਹ ਕਾ ਆ ਮਾੜ ਜਿਹਾ ਭਾਜੀ ਕਹਿੰਦਾ ਜੇ ਗੋਰ ਨਾ ਦੇਖੂ ਫੇਰ ਨਾ ਜੇ ਰਹਿਣਾ ਉੱਦਾਂ ਨਹੀਂ। ਓਕੇ ਅਤੇ ਦੇਖ ਲਓ ਭਾਈ ਕਿਆ ਸੇਵਾ ਭਾਈ, ਲੈ ਬਈ ਟਾਈਮ ਕੱਢ ਕੇ ਭਾਜੀ ਕਹਿੰਦਾ ਆ ਜਾਓ, ਡੇਢ ਦੋ ਘੰਟੇ ਲੱਗਣੇ ਆ ਭਾਜੀ ਡੈਂਟ ਵਾਲੇ ਆਪਣੇ, ਐਨ ਡੈਂਟ ਕੱਢ ਦਿੰਦੇ ਗੱਡੀਆਂ ਦੇ ਵਧੀਆ, ਹੁਣ ਸਾਨੂੰ ਸਾਡੇ ਕੋਲ ਹੈਗਾ ਘੰਟਾ ਹੈਗਾ ਭਾਜੀ ਕਹਿੰਦੇ ਡੇਢ ਦੋ ਘੰਟੇ ਲੱਗ ਜਾਣੇ ਆ, ਟਾਈਮ ਕੱਢ ਕੇ ਆਇਓ ਅਤੇ ਵਧੀਆ ਭਾਜੀ ਕਹਿੰਦਾ ਡੈਂਟ ਨਿਕਲ ਜੂਗਾ। ਠੀਕ ਹੈ ਭਾਜੀ ਮੁੜ ਕੇ ਆ ਰਿਹਾ ਤੁਹਾਡੇ ਕੋਲ ਨਾ ਫਿਰ, ਅਤੇ ਬਾਈ ਕਹਿੰਦਾ ਡੈਂਟ ਨਿਕਲ ਜੂਗਾ ਅਤੇ ਆਹ ਡਿੱਗੀ ਵਾਲਾ ਉੱਨੀ ਇੱਕੀ ਦਾ ਫਰਕ ਰਹੂਗਾ, 600 ਰੁਪਏ ਬਾਈ ਕਹਿੰਦਾ ਆ, ਅਤੇ ਇੱਕ ਦੋ ਜਗ੍ਹਾ ਆਪਣੇ ਡੈਂਟ ਹੈਗੇ ਬਾਈ ਕਹਿੰਦਾ 1000 ਰੁਪਏ ਦੇ ਦਿਓ, ਸਾਰੀ ਗੱਡੀਆਂ ਨੀੜਿਆਂ ਨੇ ਕਲੀਨ ਕਰ ਦੂੰਗਾ। ਆਜੋ ਜੀ ਮਹਾਰਾਜ, ਕਰਨਾ ਕਿਉਂ ਕਰਨਾ ਚਲੀ ਹੁਣ, ਪਹਿਲਾਂ ਸਾਡਾ ਉੱਧਰ ਵੀ ਕੰਮ 12 ਵਜੇ ਸਾਨੂੰ ਸੱਦਿਆ, 11:15 ਹੋ ਗਏ, ਡੇਢ ਘੰਟਾ ਕਹਿੰਦਾ ਫੇਰ ਮੈਂ ਮੁੜ ਕੇ ਆਵਾਂ ਜਾਂ ਫੇਰ ਕਿਸੇ ਨਾਲ, ਡੇਢ ਦੋ ਇੱਕ ਕਹਿੰਦਾ ਹੈ, ਦੋ ਵਜਾ ਨੇ, ਦੋ ਵਜਾ ਨੇ ਭਾਅ ਜੀ ਨਾ, ਆਪਣਾ ਉੱਧਰਲਾ ਕੰਮ ਨਿਬੇੜੀਏ ਪਹਿਲਾਂ, ਮੁੜ ਕੇ ਫੋਨ 'ਤੇ ਫੋਨ ਲਾਉਣਾ ਤੁਸੀਂ, ਬਿਲਕੁਲ ਪਹਿਲਾਂ ਉੱਧਰਲਾ ਕੰਮ ਨਿਬੇੜ ਲਈਏ। ਯਾਰ ਕਮਲ ਪਲੇਸ, ਕਮਲ ਪੈਲਸ, ਆਹੋ ਪਲੇਸ ਨਹੀਂ ਹੈਗਾ ਵੀਰੇ, ਪੈਲਸ ਆ ਇਹਦੇ ਸਾਹਮਣੇ। ਲੈ ਵੇ ਬਾਈ ਮੁੜ ਕੇ ਆ ਗਏ ਸ਼ਾਸਤਰੀ ਮਾਰਕੀਟ ਨੂੰ, ਕਿਉਂ ਬਾਈ ਕਹਿੰਦੇ ਟਾਈਮ ਜ਼ਿਆਦਾ ਲੱਗਣਾ ਸਾਡਾ ਵਾਲੇ, ਇੱਕ ਦੋ ਕੰਮ ਹੋਰ ਆ, ਮੈਂ ਕਿਹਾ ਵਿਹਲੇ ਹੋ ਗਏ ਨਾ ਫੇਰ ਆਉਂਗੇ, ਜਿੰਨੇ ਡੈਂਟ ਮਾੜੇ ਮੋਟੇ ਛੋੜੇ ਸਾਰੇ ਕਢਾ ਲਏ ਗੱਡੀ ਰੈਂਟ, ਜਾਨੂੰ ਸ਼ਾਸਤਰੀ ਮਾਰਕੀਟ ਆ ਗਏ, ਮੈਂ ਕਿਹਾ ਟਾਇਰ ਮੱਕਾਂ ਦਾ ਰੇਟ ਪਤਾ ਕਰ ਚੱਲਦੇ ਹਾਂ, ਇਹਨੂੰ ਵੀ ਪਾਉਣੇ ਆ ਰੋਕੇ, ਟਾਇਰ ਮੈਂ ਇੱਕ ਚੇਂਜ ਕਰਾਉਣੇ ਅਤੇ ਕਰਿਸਟਾ ਦੇ ਵੀ ਪਾਉਣੇ ਆ 17 ਇੰਚੀ, ਇੱਕ ਨਵਾਂ ਲਿੰਗ ਲੌਂਗ ਦਾ ਟਾਇਰਾਂ ਦਾ 255 ਜੇ ਮਿਲ ਗਿਆ ਤਾਂ ਇਹਨੂੰ ਵੀ ਪਾਉਣੇ ਗੱਡੀ ਨੂੰ, ਅਤੇ ਕਰਿਸਟਾ ਦਾ ਪਾਉਣੇ ਪਾਉਣੇ 17 ਇੰਚ, ਜਿੰਨੇ ਮਰਜ਼ੀ ਪੁਰਾਣੇ ਨਵੇਂ ਟਾਇਰ ਲੈ ਲਓ ਸ਼ਾਸਤਰੀ ਮਾਰਕੀਟ ਤੋਂ, ਦੇਖੋ ਹਾਂ ਨਵੇਂ ਬ੍ਰੈਂਡ ਨਿਊ ਟਾਇਰ, ਪੁਰਾਣੇ ਟਾਇਰ ਨਵੀਆਂ ਵਰਗੀਆਂ ਦੇਖੋ ਹੈ, ਜਿੱਦਾਂ ਮਰਜ਼ੀ ਲੈ ਲਓ, 15 ਇੰਚੀ ਤੋਂ ਲੈ ਕੇ 24, 20, 22, 24, 26 ਜਿਹੜੇ ਮਰਜ਼ੀ ਲੈ ਲਓ, ਮਾਰਕੀਟ ਯਾਰ ਟਾਇਰਾਂ ਦੀ ਹੈ ਇਹ, ਬਹੁਤ ਭਾਅ ਜੀ ਇੱਥੋਂ ਟਾਇਰ ਪਵਾਏ ਪਹਿਲਾਂ ਗੱਡੀਆਂ ਵੀ ਸਾਰੀਆਂ ਨੂੰ ਇੱਥੇ ਆ ਦਿੰਦੇ ਟਾਇਰ ਪਾਉਣਾ ਸੀ, ਰੇਟ ਬਹੁਤ ਜਾਇਜ਼ ਮਿਲ ਜਾਂਦਾ, ਦੇਖੋ ਕਿੰਨੇ ਘੈਂਟ ਘੰਟਾ ਲਵਾਏ ਪਏ ਯਾਰ, ਆਪਣਾ ਮਿੱਤਰ ਸਾਰੀ ਮਾਰਕੀਟ ਹੈ ਯਾਰ ਇਹ ਟਾਇਰਾਂ ਦੀ, ਆ ਲਓ ਜਿੰਨੇ ਮਰਜ਼ੀ, ਇੱਥੇ ਆਪਣੇ ਮਿੱਤਰ ਹੈਗਾ ਨਾ ਬੰਬੇ ਵਾਲਾ, ਉਹਨੂੰ ਪੁੱਛਦੇ ਆਪਾਂ, ਹੈ ਆਹ ਦੇਖੋ ਲਓ ਯਾਰ ਕਿੰਨੇ ਘੈਂਟ ਘੰਟੇ, ਦਿਲ ਤਾਂ ਕਰਦਾ ਹੁਣੇ ਪਵਾ ਲੈ ਜੀ, ਹੁਣੇ ਆ ਨਿਊ ਬੰਬੇ ਆਪਣਾ ਯਾਰ ਲਗੋਟੀਆ ਨਿਊ ਬੰਬੇ ਵਾਲਾ, ਗੱਡੀ ਆਪਾਂ ਪਾਰਕ ਕਰਤੀ ਹੈ ਰਾਣੀ ਸੁੰਦਰਾ ਹੈ ਚਿੱਟੀ ਲੈਣ ਦੇ ਅੰਦਰ ਕੀਤੀ, ਤਾਂ ਕਿ ਕੋਈ ਸਾਡੀ ਵਜ੍ਹਾ ਨਾਲ ਡਿਸਟਰਬ ਨਾ, ਚੱਲ ਵੀ ਆ ਜਾਓ ਚੱਲੀਏ, ਦੇਖੋ ਟਾਇਰ ਟਾਇਰ ਆਪਣਾ ਬੰਬੇ ਵਾਲਾ ਮਿੱਤਰ, ਬੰਬੇ ਵਾਲੇ ਕੋਲ ਚੱਲਦੇ ਅਲੋਏ ਟਾਇਰ, ਹੈਲੋ ਭਾਅ ਜੀ ਕਿੱਦਾਂ ਹਾਲ ਚਾਲ ਜੀ, ਅਲੋਏ ਸੋਹਣਾ ਦੇਖੋ ਕਿੰਨਾ ਭਰਿਆ ਹੋਣਾ, ਤਾਂ 14-14 ਇੰਚੀ ਆ, 4 ਨਟ ਵਾਲਾ ਆਪਣੇ 5 ਨਟ ਵਾਲਾ ਪੈਣਾ, ਆਹ ਵੀ ਸੋਹਣੇ ਆ ਭਾਅ ਜੀ, ਪਰ ਇਹਦੇ 'ਚ ਦੇਸੀ ਕੁਆਲਿਟੀਆਂ ਬਹੁਤ ਆਉਂਦੀਆਂ, ਇਹਦੇ ਵਿੱਚ ਨੂੰ ਆਪਾਂ ਡੂੰਘੇ 7.5 ਇੰਚੀ ਘੇਰੇ ਲੈਣੇ, ਵਿੱਚ ਨੂੰ ਡੂੰਘੇ ਜਿਹਦਾ ਨਾ, ਆਹ ਡੂੰਘਾ ਹੈ ਦੇਖੋ ਵਿੱਚ ਨੂੰ, ਜਿਹੜੇ ਪਾਉਣੇ ਹੁਣ ਡੀਪ ਪਾਉਣੇ, ਇੱਦਾਂ 7.5 ਇੰਚ ਵਾਲੇ, ਆਹ ਦੇਖੋ ਕਿੰਨਾ ਡੂੰਘਾ ਭਾਅ ਜੀ, ਆਹ ਹੁਣ ਆਪਾਂ ਯਾਰ ਦੇਖ ਕੇ ਨਾ ਕ੍ਰਿਸਟਲ ਅਲੋਏ ਪਾਉਣੇ ਘੈਂਟ ਜੇ, ਹੈ ਸਹੀ ਗੱਲ ਆ, ਅਤੇ ਵਿੱਚ ਨੂੰ ਨਾ ਇਹ ਹੱਥ ਨਹੀਂ ਫਿਰਦਾ ਅਲੋਏ, ਸੋਹਣਾ ਦੇ ਕਿੰਨਾ ਲੱਗਾ ਮੈਂ ਆ ਵੀ, ਪਰ ਵਿੱਚ ਹੈ ਨਾ, ਪਰ ਇਹ ਧੋਣ ਨੂੰ ਯਾਰ ਵਿੱਚ ਕੱਪੜਾ ਨਹੀਂ ਬਚਦਾ, ਹਾਂ ਆਹ ਵੀ ਸੋਹਣਾ ਆ ਭਾਅ ਜੀ, ਇਹ 4 ਨਟ ਵਾਲੇ ਆਪਣੇ 5 ਨਟ ਵਾਲੇ ਪੈਣੇ ਆ, ਆਹ ਵੀ ਸਾਰੇ 4 ਵਾਲੇ, ਉਹ 5 ਵਾਲੇ ਆ, ਬਾਕੀ ਹੁਣ ਬਾਈ ਨੂੰ ਫੋਟੋਆਂ ਪਾ ਦਿੱਤੀਆਂ, ਬਾਈ ਕਹਿੰਦਾ ਰੇਟ ਦੱਸਦਾ ਤੁਹਾਨੂੰ ਮੈਂ, 255 ਲਿੰਗ ਲੌਂਗ ਦਾ ਟਾਇਰ ਦਾ ਰੇਟ ਦੱਸਦਾ ਕਹਿੰਦਾ ਤੁਹਾਨੂੰ ਮੈਂ, ਲਿੰਗ ਲੌਂਗ, ਲਿੰਗ ਲੌਂਗ